ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਹਰ ਸਾਲ ਨਵੰਬਰ ਵਿੱਚ ਹੁੰਦੀ ਆ ਸਾਡੀ ਪੂਰੀ ਤਿਆਰੀ ਆ ਜੇ 1 ਵਜੇ ਜਲਾਸ ਸ਼ੁਰੂ ਹੋਣਾ ਚੋਣ ਹੁੰਦੀ ਆ ਤਾਂ ਦੋਵਾਂ ਪਾਰਟੀਆਂ ਵੱਲੋਂ ਆਪਣਾ ਕੈਂਡੀਡੇਟ ਦਿੱਤਾ ਜਾਂਦਾ ਇੱਕ ਮੈਂਬਰ ਸਾਹਿਬ ਨੂੰ ਨਾਂ ਤਜਵੀਜ਼ ਹੁੰਦਾ ਦੂਜੇ ਦਾ ਉਹਦਾ ਇੱਕ ਮੈਂਬਰ ਸਾਹਿਬ ਨਾਂ ਪੇਸ਼ ਕਰਦੇ ਦੂਜਾ ਤਜੀਦ ਕਰਦਾ ਇੱਕ ਤੀਜ ਮਜੀਦ ਕਰਦਾ ਇਸੇ ਤਰ੍ਹਾਂ ਜੇ ਦੂਜੀ ਪਾਰਟੀ ਵੱਲੋਂ ਕੋਈ ਨਾਂ ਪੇਸ਼ ਹੁੰਦਾ ਉਹੀ ਪ੍ਰੋਸੈਸ ਉਹਨਾਂ ਦਾ ਹੁੰਦਾ ਮੌਜੂਦਾ ਜਿਹੜਾ ਇਹ ਹਾਊਸ ਸੀ ਉਹਦੇ 185 ਮੈਂਬਰ ਸੀਗੇ ਜਿਨ੍ਹਾਂ ਵਿੱਚੋਂ 170 ਚੁਣ ਕੇ ਆਏ ਸੀ 15 ਮੈਂਬਰ ਜਿਹੜੇ ਨਾਮਜ਼ਦ ਸੀਗੇ ਇਹਨਾਂ ਵਿੱਚੋਂ 26 ਮੈਂਬਰ ਜਿਹੜੇ ਉਹ ਸਰਗਵਾਸ ਹੋ ਚੁੱਕੇ ਆ 2 ਮੈਂਬਰ ਅਸਤੀਫਾ ਦੇ ਚੁੱਕੇ ਆ ਇਸ ਵਕਤ ਜਿਹੜਾ ਹਾਊਸ ਆ ਉਹ 157 ਮੈਂਬਰਾਂ ਦਾ ਆ ਜੇ ਚੋਣ ਹੁੰਦੀ ਆ ਤਾਂ ਸਾਡੀ ਪੂਰੀ ਤਿਆਰੀ ਆ ਬੈਲਟ ਪੇਪਰ ਤਿਆਰ ਨੇ ਜੇ ਸਰਬਸੰਮਤੀ ਹੁੰਦੀ ਆ ਤਾਂ ਉਹ ਵੀ ਵਧੀਆ ਆ ਜੇ ਚੋਣ ਹੁੰਦੀ ਆ ਪ੍ਰਧਾਨ ਦੀ ਅਤੇ ਜਾਂ ਹੋਰ ਅਹੁਦੇਦਾਰਾਂ ਦੀ ਉਹਦੇ ਲਈ ਸਾਡੀ ਪੂਰੀ ਤਿਆਰੀ ਆ ਬੈਲਟ ਪੇਪਰ ਤਿਆਰ ਨੇ ਤਾਂ ਉਹ ਜੋ ਵੀ ਪ੍ਰੋਸੈਸ ਚੋਣ ਦਾ ਹੁੰਦਾ ਉਹ ਅਪਣਾਇਆ ਜਾਏਗਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜਿਹੜਾ ਇਹ ਇਜਲਾਸ ਹੁੰਦਾ ਵਾ ਮੈਂਬਰ ਸਾਹਿਬ ਸਾਰੇ ਹੀ ਜਿਹੜੇ ਸਤਿਕਾਰਯੋਗ ਨੇ ਉਹ ਕੋਈ ਵੀ ਮੈਂਬਰ ਸਾਹਿਬ ਅਜਿਹੀ ਹਰਕਤ ਨਹੀਂ ਕਰਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਗਲਤ ਕੰਮ ਕਰੇ।